ਕਈ ਵਾਰੀ ਇੱਦਾਂ ਭੁੱਖੇ ਢਿੱਡ ਵੀ ਸੌਣਾ ਪੈਂਦਾ ਵਾ ਤੇ ਜਿੱਦਾਂ ਤੁਸੀਂ ਆਹ ਦੇਖ ਲਓ ਮੇਰੇ ਹੱਥ ਦੇਖ ਸਕਦੇ ਹੋ ਕਿ ਇੱਦਾਂ ਦਾ ਕਦੀ ਕੰਮ ਨਹੀਂ ਕੀਤਾ ਗ੍ਰਿਲ ਦੇ ਮਾਰਕ ਪਏ ਹੋਏ ਹੈਗੇ ਪਹਿਲੀ ਗੱਲ ਤਾਂ ਤੁਸੀਂ ਪੇੜ ਦੇਖ ਲਓ ਜਿਹੜੀ ਸਾਨੂੰ ਅਟਰੈਕਟ ਕਰਦੀ ਆ ਜਦੋਂ ਅਸੀਂ ਇੰਡੀਆ ਵਿੱਚ ਪੰਜਾਬ ਵਿੱਚ ਹੁੰਦੇ ਹਾਂ ਕਈ ਜਿਹੜੇ ਵਿਦੇਸ਼ੀ ਨੇ ਜਿਹੜੇ ਆਪਣੇ ਪੰਜਾਬ ਤੋਂ ਗਏ ਹੋਏ ਨੇ ਉਹ ਇੰਡੀਆ ਵਾਪਸ ਆਉਂਦੇ ਨੇ ਮੋਟੀਆਂ ਮੋਟੀਆਂ ਚੈਨਾਂ ਪਾ ਕੇ ਆਉਂਦੇ ਨੇ ਆਪਾਂ ਉਹਨਾਂ ਨੂੰ ਦੇਖ ਕੇ ਨਾ ਬਹੁਤ ਅਟਰੈਕਟ ਹੋ ਜਾਂਦੇ ਆ ਪਤਾ ਨਹੀਂ ਬਹੁਤ ਸਾਰਾ ਪੈਸਾ ਆ ਬਾਹਰ ਵਿਦੇਸ਼ਾਂ ਵਿੱਚ ਕਿ ਬਹੁਤ ਸੌਖਾ ਆ ਕਿਤੇ ਪੇੜ ਲੱਗੇ ਹੋਏ ਨੇ ਉੱਥੇ ਦਰਖਤ ਲੱਗੇ ਹੋਏ ਨੇ ਪੈਸੇ ਵਾਲੇ ਅਸੀਂ ਆਸਾਨੀ ਨਾਲ ਜਾ ਕੇ ਤੋੜ ਸਕਦੇ ਹਾਂ ਅਤੇ ਤੁਸੀਂ ਕਦੀ ਸੋਚਿਆ ਆਪਣੀ ਜ਼ਿੰਦਗੀ ਵਿੱਚ ਵੀ ਕਿੰਨੇ ਕੁ ਲੋਕ ਆਪਣੇ ਸਿਰਫ ਪੰਜਾਬ ਤੋਂ ਕਿੰਨੇ ਕੁ ਲੋਕ ਬਾਹਰ ਜਾ ਰਹੇ ਨੇ ਐਜ਼ ਅ ਸਟੂਡੈਂਟ ਤੁਹਾਨੂੰ ਦੱਸਾਂ 2018 ਦੇ ਸਰਵੇ ਦੇ ਅਨੁਸਾਰ 225,000 ਸਟੂਡੈਂਟ ਵਿਦੇਸ਼ਾਂ ਨੂੰ ਗਿਆ ਚਾਹੇ ਉਹ ਕੈਨੇਡਾ ਸੀਗਾ ਚਾਹੇ ਯੂਰਪ ਸੀ ਚਾਹੇ ਨਿਊਜ਼ੀਲੈਂਡ ਚਾਹੇ ਆਸਟ੍ਰੇਲੀਆ ਅਤੇ ਤੁਸੀਂ ਇੱਕ ਗੱਲ ਹੋਰ ਸੋਚੀ ਹੈ ਕਦੇ ਵੀ ਹਾਂ ਵੀ ਕਿੰਨਾ ਕੁ ਪੈਸਾ ਅਸੀਂ ਆਪਣਾ ਪੰਜਾਬ ਤੋਂ ਬਾਹਰ ਇਨਵੈਸਟ ਕਰ ਰਹੇ ਹਾਂ ਐਜ਼ ਅ ਸਟੂਡੈਂਟ ਸਿਰਫ ਤੁਹਾਨੂੰ ਐਜ਼ ਅ ਸਟੂਡੈਂਟ ਦੱਸ ਰਿਹਾ ਮੈਂ ਕਿੰਨਾ ਕੁ ਪੈਸਾ ਇਨਵੈਸਟ ਕਰ ਰਹੇ ਹਾਂ 2018 ਦੇ ਸਰਵੇ ਦੇ ਅਨੁਸਾਰ 27,000 ਕਰੋੜ ਰੁਪਈਆ ਅਸੀਂ ਆਪਣਾ ਬਾਹਰ ਲੈ ਕੇ ਜਾ ਚੁੱਕੇ ਹਾਂ ਇਹੀ ਕਾਰਨ ਆ ਵੀ ਜਿਹੜਾ ਆਪਣਾ ਜਿਹੜੀ ਇਕਨੋਮੀ ਆ ਪੰਜਾਬ ਦੀ ਇੰਡੀਆ ਦੀ ਥੱਲੇ ਹੋ ਰਹੀ ਆ ਅਤੇ ਜਿਹੜੇ ਵਿਦੇਸ਼ੀ ਆ ਮੈਂ ਜਰਮਨੀ ਵਿੱਚ ਰਹਿੰਦਾ ਹਾਂ ਮੈਨੂੰ ਪਤਾ ਇੱਥੇ ਦੀ ਇਕਨੋਮੀ ਬਹੁਤ ਵਧੀਆ ਆ ਉਹਦਾ ਇੱਕ ਕਾਰਨ ਇਹ ਵੀ ਹੈ ਵੀ ਕਈ ਬਹੁਤ ਸਾਰੇ ਨੇ ਜਿਹੜੇ ਸਟੂਡੈਂਟ ਆ ਇੰਡੀਆ ਤੋਂ ਪੰਜਾਬ ਤੋਂ ਇੱਥੇ ਆ ਰਹੇ ਨੇ ਆਪਣਾ ਪੈਸਾ ਇਨਵੈਸਟ ਕਰ ਰਹੇ ਨੇ ਅਤੇ ਤੁਸੀਂ ਕਦੇ ਸੋਚਿਆ ਇੱਕ ਗੱਲ ਹੋਰ ਵੀ ਹਾਂ ਵੀ ਸੀ ਜੇ ਤੁਸੀਂ ਬਾਹਰ ਕਿਸੇ ਵੀ ਕੰਟਰੀ ਜਾਂਦੇ ਹੋ ਤਾਂ ਇੱਥੋਂ 15 ਤੋਂ ਲੈ ਕੇ 25 ਲੱਖ ਰੁਪਇਆ ਅਸੀਂ ਇਨਵੈਸਟ ਕਰ ਦਿੰਦੇ ਹਾਂ ਆਪਣੀ ਸਟੱਡੀ ਦੇ ਵਾਸਤੇ ਲਾਈਕ ਇਹ ਡਿਪੈਂਡ ਕਰਦਾ ਵੀ ਕਿੱਦਾਂ ਤੁਹਾਡਾ ਕੋਲਜ ਆ ਕਿਹੜੀ ਤੁਹਾਡਾ ਕੋਰਸ ਹੈਗਾ ਕੰਟਰੀ ਕਿੱਦਾਂ ਦੀ ਆ ਪਰ ਮਿਨੀਮਮ 15 ਲੱਖ ਤੋਂ ਲੈ ਕੇ 25 ਲੱਖ ਅਸੀਂ ਇਨਵੈਸਟ ਆਪਣਾ ਕਰ ਦਿੰਦੇ ਹਾਂ ਤੁਹਾਨੂੰ ਮੈਂ ਦਿਖਾਉਣਾ ਵੀ ਆਪਣੇ ਜਿਹੜੇ ਮੇਰੇ ਫਰੈਂਡ ਆ 2 ਜਿਹੜੇ ਇੱਥੇ ਐਜ਼ ਏ ਸਟੂਡੈਂਟ ਆਏ ਹੋਏ ਨੇ ਅਤੇ ਉਹ ਕਿਸ ਤਰ੍ਹਾਂ ਆਪਣਾ ਸਟਰਗਲ ਕਰ ਰਹੇ ਨੇ ਅਤੇ ਕਿੱਦਾਂ ਪੈਸਾ ਕਮਾ ਰਹੇ ਨੇ ਔਰ ਕਿਵੇਂ ਚੱਲ ਰਿਹਾ ਕੰਮ ਕਰ ਬਸ ਭਾਈ ਕੰਮ ਤੇ ਚੱਲਦੇ ਲਾਈਫ ਕਿਵੇਂ ਸਟੂਡੈਂਟ ਦੀ ਲਾਈਫ ਭਾਜੀ ਹੁਣ ਤੁਹਾਨੂੰ ਕੀ ਦੱਸੀ ਲਾਈਕ ਇੱਦਾਂ ਕਿ ਮੈਂ ਕੰਮ ਕਰਦਾ ਇੱਥੇ 80 ਘੰਟੇ ਦਾ ਅਤੇ ਪਰ ਡੇ ਮੇਰੀ ਸ਼ਿਫਟ ਹੁੰਦੀ 8 ਘੰਟੇ ਦੀ ਉਹਦੇ ਵਿੱਚ ਹੈ ਕਿ ਬ੍ਰੇਕ ਮਿਲਦਾ 1/2 ਘੰਟੇ ਦਾ ਪਰ ਉਹ ਵੀ ਕੰਮ 'ਤੇ ਡਿਪੈਂਡ ਹੈ ਕਿ ਜੇ ਤਾਂ ਕੰਮ ਘੱਟ ਹੋਏਗਾ ਤਾਂ ਬ੍ਰੇਕ ਮਿਲੇਗਾ ਨਹੀਂ ਤਾਂ ਤੁਹਾਨੂੰ ਬ੍ਰੇਕ ਨਹੀਂ ਮਿਲਦਾ ਲਾਈਕ ਜਿਵੇਂ ਹੁਣ ਕਿੱਦਾਂ ਬ੍ਰੇਕ ਲੈਣਾ ਹੈ ਬਸ 5 ਮਿੰਟ ਦਾ ਮਾੜਾ ਕੰਮ ਥੋੜ੍ਹਾ ਘੱਟ ਸੀਗਾ ਮੈਂ ਚਲੋ 5 ਮਿੰਟ ਦੀ ਬ੍ਰੇਕ ਲੈ ਲੈਂਦੇ ਬਾਹਰ ਆ ਕੇ ਅਤੇ ਪੈਸੇ ਮੈਂ ਇੰਨੀ ਗੱਲ ਕਹੂੰਗਾ ਸਟੂਡੈਂਟਸ ਨੂੰ ਕਿ ਜਿੱਦਾਂ ਸੋਚਦੇ ਨਾ ਇੰਡੀਆ ਬਹਿ ਕੇ ਕਿ ਪੈਸੇ ਕਮਾਉਣੇ ਸੌਖੇ ਹੈ ਪਰ ਇੰਨੇ ਸੌਖੇ ਵੀ ਹੈ ਨਹੀਂ ਹੈਗੇ ਲਾਈਕ ਸਟਰਗਲ ਲਾਈਫ ਹੈ ਇੱਥੇ ਜਿੱਦਾਂ ਕੋਈ ਇੰਡੀਆ ਆਉਂਦਾ ਕੋਈ ਬਾਹਰੋਂ ਦੀ ਅਸੀਂ ਕਹਿੰਦੇ ਕਿ ਲਾ ਵੀ ਬੰਦੇ ਦੀ ਟੋਰ ਹੈ ਅਗਲੇ ਦੀ ਟੋਰ ਅਗਲੇ ਦੀ ਉਹਨੂੰ ਹੀ ਪਤਾ ਕਿ ਉਹਨੇ ਕਿੱਦਾਂ ਕਮਾਈ ਹੈਗੀ ਹੈ ਅਤੇ ਬਸ ਬਾਈ ਸਟਰਗਲ ਲਾਈਫ ਹੈਗੀ ਹੈ ਇੱਥੇ ਕਾਲਜ ਕੁਲਜ ਜਾਂਦੇ ਕਿ ਨਹੀਂ ਜਾਂਦੇ ਆਪਾਂ ਨਹੀਂ ਭਾਈ ਕਾਲਜ ਜਾਈਦਾ ਵਾ ਲਾਈਕ ਹਫ਼ਤੇ ਜਿੱਦਾਂ 3-4 ਦਿਨ ਕਲਾਸ ਹੁੰਦੀ ਹੈ ਓਕੇ ਅਤੇ ਸਵੇਰੇ ਪਹਿਲੇ ਉੱਥੇ ਜਾਈਦਾ ਵਾ ਲਾਈਕ 9 ਵਜੇ ਲੈਕਚਰ ਹੁੰਦਾ ਪਹਿਲਾਂ 9 ਵਜੇ ਤੋਂ ਲੈ ਕੇ 12-1 ਵਜੇ ਤੱਕ ਲੈਕਚਰ ਹੁੰਦਾ ਅਤੇ ਉਹਦੇ ਬਾਅਦ ਫਿਰ 3 ਵਜੇ ਇੱਥੇ ਸ਼ਿਫਟ 'ਤੇ ਆਈਦਾ ਵਾ 3 ਤੋਂ ਲੈ ਕੇ ਰਾਤ ਦੇ 12-1 ਵਜੇ ਜਾਂਦਾ ਫਿਰ ਮੈਨੇਜ ਕਿੱਦਾਂ ਕਰਦੇ ਤੁਸੀਂ ਆਪਣੇ ਕਾਲਜ 'ਤੇ ਕੰਮ ਦਾ ਕਿੱਦਾਂ ਹਿਸਾਬ ਕਿਤਾਬ ਆਪਣਾ ਬਸ ਬਾਈ ਇੱਦਾਂ ਹੀ ਕਿ ਜਿੱਦਾਂ 3 ਦਿਨ ਤੁਹਾਨੂੰ ਦੱਸਿਆ ਹੋਣੇ ਕਿ 3 ਦਿਨ ਕਲਾਸ ਹੁੰਦੀ ਹੈ ਰੋਟੀ ਦਾ ਪਤਾ ਨਹੀਂ ਕਿ ਰੋਟੀ ਖਾਣੀ ਵੀ ਹੈਗੀ ਕਿ ਨਹੀਂ ਕਈ ਵਾਰੀ ਤਾਂ ਇੱਦਾਂ ਕਿ ਸਵੇਰੇ ਬਸ ਚਾਹ ਪੀਓ ਬ੍ਰੈਡ ਖਾਓ ਤਾਂ ਨਿਕਲ ਜਾਓ ਅਤੇ ਰਾਤ ਦੀ ਰੋਟੀ ਦਾ ਪਤਾ ਨਹੀਂ ਹੁੰਦਾ ਕਿ ਬਣਨੀ ਵੀ ਹੈਗੀ ਕਿ ਨਹੀਂ ਫਿਰ ਬਾਹਰੋਂ ਹੀ ਖਾਲੀ ਦਾ ਜਿੱਦਾਂ ਬਰਗਰ ਬੁਰਗਰ ਇੱਦਾਂ ਸਾਰੀ ਦਾ ਭਾਈ ਅਤੇ ਲਾਈਫ ਕਿੱਦਾਂ ਚੱਲ ਰਹੀ ਹੈ ਵਧੀਆ ਇੱਥੇ ਲਾਈਫ ਭਾਜੀ ਸਟਰਗਲ ਵਾਲੀ ਲਾਈਫ ਹੈ ਅਤੇ ਜਿੱਦਾਂ ਸਟੂਡੈਂਟਸ ਨੂੰ ਮੈਂ ਇਹੀ ਕਹਾਂਗਾ ਕਿ ਬਈ ਜਿੰਨੇ ਬਾਹਰ ਆਉਣਾ ਐਂ ਨਾ ਸੋਚੋ ਕਿ ਐਸ਼ ਵਾਲੀ ਲਾਈਫ ਹੈਗੀ ਹੈ ਬਾਹਰ ਸਟਰਗਲ ਕਰੋਗੇ ਤਾਂ ਪੈਸਾ ਆਏਗਾ ਨਹੀਂ ਤਾਂ ਨਹੀਂ ਆਉਣਾ ਕਈ ਵਾਰੀ ਇੱਦਾਂ ਭੁੱਖੇ ਢਿੱਡ ਵੀ ਸੌਣਾ ਪੈਂਦਾ ਵਾ ਜਿੱਦਾਂ ਤੁਸੀਂ ਆਹ ਦੇਖ ਲਓ ਮੇਰੇ ਹੱਥ ਦੇਖ ਸਕਦੇ ਹੋ ਕਿ ਇੱਦਾਂ ਕਦੀ ਕੰਮ ਨਹੀਂ ਕੀਤਾ ਗ੍ਰਿਲ ਦੇ ਮਾਰਕ ਪਏ ਹੋਏ ਹੈਗੇ ਆ ਗ੍ਰਿਲ ਦੇ ਕੰਮ ਕਰ ਕਰਕੇ ਬਿਲਕੁਲ ਬਿਲਕੁਲ ਕਿੰਨਾ ਕੁ ਪੈਸਾ ਲੱਗ ਗਿਆ ਬਾਹਰ ਆਉਣ ਨੂੰ ਇੱਥੇ ਜਰਮਨ ਦੇ ਵਿੱਚ ਕਿੰਨਾ ਕੁ ਪੈਸਾ ਲੱਗ ਜਾਂਦਾ ਐਕਚੁਅਲੀ ਪੈਸਾ ਭਾਜੀ ਅਰਾਊਂਡ 15-16 ਲੱਖ ਲੱਗ ਹੀ ਜਾਂਦਾ ਵਾ ਲਾਈਕ ਜਿੱਦਾਂ ਹੈਗਾ ਕਿ 8-8.5 ਲੱਖ ਦਾ ਤਾਂ ਹੁੰਦਾ ਬਲੌਕ ਅਕਾਊਂਟ ਹੁੰਦਾ ਉਹ ਤੋਂ ਵੱਧ ਤੁਹਾਨੂੰ ਕਾਲਜ ਦੀ ਫੀਸ ਦੇ ਕੇ ਆਉਣੀ ਪੈਂਦੀ ਹੈ 1 ਸਾਲ ਦੀ ਓਕੇ ਅਤੇ ਬਾਕੀ ਏਜੰਟ ਫੀਸ ਵੀ ਹੁੰਦੀ ਹੈ ਅਤੇ ਬਾਕੀ ਅੰਬੈਸੀ ਫੀਸ ਲਾਈਕ ਟੋਟਲ ਤੁਸੀਂ ਲਗਾ ਲਓ ਕਿ ਐਸਟੀਮੇਟ ਲਗਾਓ ਕਿ 15-16 ਲੱਖ ਲੱਗਦਾ ਹੀ ਲੱਗਦਾ ਓਕੇ ਅਤੇ ਫਿਰ ਕਿੱਦਾਂ ਉਹਨਾਂ ਦਾ ਪੈਸਾ ਬੂਹਾ ਨਿਕਲ ਜਾਂਦਾ ਆਪਾਂ ਜਿਹੜਾ ਆਪਾਂ ਲਾ ਕੇ ਜਾਂਦੇ ਭਾਅ ਜੀ ਨਿਕਲ ਹੀ ਜਾਂਦਾ ਵਾ ਲਾਈਕ ਆਪਣੇ ਉਹੀ ਮੈਂ ਤੁਹਾਨੂੰ ਕਹਾਂਗਾ ਕਿ ਸਟੂਡੈਂਟ 'ਤੇ ਡਿਪੈਂਡ ਹੈ ਅਗਰ ਤਾਂ ਤੁਸੀਂ ਡਿਪੈਂਡ ਕਰਨਾ ਲਾਈਕ ਆਪਣੇ ਆਪ 'ਤੇ ਕਿ ਤੁਸੀਂ ਆਪ ਪੈਸਾ ਕਮਾ ਸਕਦੇ ਹੋ ਨਹੀਂ ਤਾਂ ਨਹੀਂ
ਜੇ ਤੂੰ ਕਹੋਗੇ ਘਰੋਂ ਮੰਗਾ ਲਈਏ ਪੈਸੇ ਫਿਰ ਤਾਂ ਭੁੱਲ ਜਾਓਗੇ ਤੁਹਾਡੀ ਕਦੀ ਕਾਲਜ ਫੀਸ ਵੀ ਨਿਕਲੇਗੀ। ਲਾਈਫ ਭਾਅ ਜੀ ਠੀਕ ਆ, ਸਟਰਗਲ ਆ ਸਟੂਡੈਂਟਸ ਲਈ ਤਾਂ ਬਹੁਤ ਜ਼ਿਆਦਾ। ਲਾਈਕ ਦੇਖੋ ਹੁਣ ਬੈਗ ਪਾਏ ਹੋਏ ਮੁੰਡੇ ਦੇ, ਡਿਲੀਵਰੀ ਦੇਣ ਚੱਲਾ ਮੈਂ ਐਂਡ ਬਾਕੀ ਲਾਈਕ ਇੱਥੇ ਕੰਮ ਕਰਦਾ, ਡਿਲੀਵਰੀ 'ਤੇ ਕਰਦਾ, ਫਿਰ ਮੈਂ ਇੱਕ ਰੈਸਟੋਰੈਂਟ ਇੱਥੇ ਡੋਇਚ ਰੈਸਟੋਰੈਂਟ ਉੱਥੇ ਕਰਦਾ, ਫਿਰ ਮੈਂ ਡੋਮੀਨੋਜ਼ ਉੱਥੇ ਵੀ ਕੰਮ ਕਰਦਾ ਅਤੇ ਲਾਈਕ ਰੈਸਟੋਰੈਂਟ ਜਿੱਥੇ ਮੈਂ ਕੰਮ ਕਰਦਾ ਮੋਸਟਲੀ ਕਈ ਵਾਰੀ ਸਾਡੇ ਕਿਚਨ 'ਚ ਮੇਰਾ ਕੰਮ ਆ, ਕਈ ਵਾਰ ਮੈਨੂੰ ਡਿਲੀਵਰੀ 'ਤੇ ਜਾਣਾ ਪੈਂਦਾ ਐਂਡ ਮੈਂ ਰੈਸਟੋਰੈਂਟ 'ਚ ਹੁਣ ਡਿਲੀਵਰੀ 'ਤੇ ਨਿਕਲਿਆ ਹੋਇਆ। ਓਕੇ ਅਤੇ ਹੁਣ ਬਸ ਫਿਰ ਲਾਈਕ ਇੱਦਾਂ ਦੀ ਲਾਈਫ ਆ ਬਸ। ਅਤੇ ਕਾਲਜ ਦਾ ਹੁਣ ਟਾਈਮ ਟੂਮ ਮਿਲ ਜਾਂਦਾ ਕਿੱਦਾਂ ਆਪਣਾ? ਲਾਈਕ ਭਾਅ ਜੀ ਕਾਲਜ ਜਾਈਦਾ, ਕਾਲਜ ਹੁਣ ਤਾਂ ਕਰੋਨਾ ਕਰਕੇ ਥੋੜ੍ਹਾ ਜਿਹਾ ਕੋਵਿਡ ਕਰਕੇ ਬੰਦ ਆ, ਨਹੀਂ ਤਾਂ ਕਾਲਜ ਵੀ ਜਾਈਦਾ ਆਪਾਂ ਅਤੇ ਕਾਲਜ ਵੀ ਪੂਰਾ ਸਹੀ ਆ। ਲਾਈਕ ਜਾਈਦਾ ਹਫ਼ਤੇ 'ਚ ਦੋ ਦਿਨ ਸਾਡਾ ਕਾਲਜ ਹੁੰਦਾ, ਠੀਕ ਆ, ਉਹਦੇ 'ਚ ਸਾਡੀ ਮੋਰਨਿੰਗ ਕਈ ਵਾਰੀ 4 to 5 ਘੰਟੇ ਦੀ ਕਲਾਸ ਹੁੰਦੀ ਆ ਹਫ਼ਤੇ 'ਚ, ਬਾਕੀ 5 ਦਿਨ ਕੰਮ 'ਤੇ ਹੋਈਦਾ। ਬਸ ਇਹ ਸਵੇਰੇ ਨਿਕਲੀਦਾ, ਜਿਸ ਦਿਨ ਸਵੇਰੇ ਨਿਕਲ ਗਏ ਬਸ ਸਵੇਰ ਤੋਂ ਲੈ ਕੇ ਸ਼ਾਮੀ ਕਈ ਵਾਰੀ ਘਰ ਆਏ ਤਾਂ ਸਵੇਰੇ 9 ਵਜੇ ਨਿਕਲੀਦਾ, ਰਾਤ ਕਈ ਵਾਰੀ। ਕਹਿਣ ਦਾ ਭਾਵ ਆ ਵੀ ਜਿਹੜੀ ਲਾਈਫ ਆ ਬਹੁਤ ਬਿਜ਼ੀ ਹੈ, ਬਸ ਬਿਜ਼ੀ। ਤੇ ਆ ਸਾਈਕਲ ਤੇ ਤੁਸੀਂ ਘੁੰਮ ਰਹੇ ਹੋ, ਕਿ ਸੋਚਿਆ ਸੀ ਇੰਡੀਆ ਕਿੱਦਾਂ ਵੀ? ਹਾਂ ਵੀ ਸਾਈਕਲ ਤੇ ਵੀ ਡਿਲੀਵਰੀ ਕਰਨੀ ਜਾ ਕੇ ਇੰਡੀਆ। ਕਦੇ ਛੋਟੇ ਹੁੰਦੇ ਤਾਂ ਚਲੋ ਸਾਈਕਲ ਸੂਕਲ ਚਲਾਉਂਦੇ ਸੀ ਹੈ ਨਾ, 8ਵੀਂ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਕਦੀ ਸਾਈਕਲ ਨੂੰ ਹੱਥ ਵੀ ਲਾਇਆ ਹੋਊਗਾ। 8ਵੀਂ ਤੋਂ ਬਾਅਦ ਦਾਦਾ ਜੀ ਹੁਣ ਉਹਦਾ ਸਕੂਟਰ ਹੁੰਦਾ ਸੀ, ਸਕੂਟਰ 'ਤੇ ਘੁੰਮ ਛੱਡਿਆ, ਉਸ ਤੋਂ ਬਾਅਦ ਡੈਡੀ ਹੁਣਾਂ ਨੇ ਮੋਟਰਸਾਈਕਲ ਲੈ ਦਿੱਤਾ, ਬਸ ਮੋਟਰਸਾਈਕਲ ਗੱਡੀਆਂ 'ਚ ਘੁੰਮ ਛੱਡਿਆ, ਬਸ ਹੁਣ ਸਾਈਕਲ 'ਤੇ ਡਿਲੀਵਰੀਆਂ ਕਰਨੀਆਂ ਜੀ ਇੱਥੇ। ਅਤੇ ਲਾਈਕ ਬਸ ਆਹੀ ਆ, ਸਵੇਰੇ 9 ਵਜੇ ਨਿਕਲੀਦਾ। ਲਾਈਕ ਸੋਚੀਦਾ ਇੰਡੀਆ ਤੋਂ ਬਹੁਤ ਕੁਛ ਸੋਚਿਆ ਸੀ ਕਿ ਪੈਸੇ ਲਾਈਕ ਇੱਦਾਂ ਇੰਜੋਏ ਕਰਾਂਗੇ, ਲਾਈਕ ਘੁੰਮਾਂਗੇ ਬਾਹਰ ਇੱਦਾਂ ਉੱਦਾਂ ਹੈ ਨਾ, ਪਰ ਨਹੀਂ, ਲਾਈਕ ਗੱਡੀਆਂ 'ਚ ਘੁੰਮਾਂਗੇ, ਲਾਈਕ ਹੈ ਨਾ ਮਰਸਡੀਜ਼ ਲਾਈਕ ਜਾ ਕੇ ਗੱਡੀ ਲਵਾਂਗੇ ਇੱਥੇ। ਅਤੇ ਪਰ ਕੀ ਪਤਾ ਸੀ, ਪਰ ਰਿਐਲਿਟੀ ਆਹ ਹੈ, ਰਿਐਲਿਟੀ ਆਹ ਆ, ਬਸ ਆਹ ਆ ਕਿ ਟਾਈਮ ਲੱਗਦਾ ਥੋੜ੍ਹਾ। ਹਾਂ ਮਰਸਡੀਜ਼ ਵੀ ਲਵਾਂਗੇ ਲਾਈਕ ਹੈ ਨਾ, ਕੋਈ ਟਾਈਮ ਆਊਗਾ ਜਦੋਂ, ਹੁਣ ਸਟਰਗਲ ਟਾਈਮ ਆ, ਸਟਰਗਲ ਟਾਈਮ ਤੋਂ ਬਾਅਦ ਸਾਡਾ ਵਧੀਆ ਟਾਈਮ ਵੀ ਆਊਗਾ ਆਈ ਥਿੰਕ, ਵੀ ਲਵਾਂਗੇ। ਬਾਕੀ ਪੈਸੇ ਬਣਦੇ ਆ, ਬਸ ਸਟਰਗਲ ਆ। ਲਾਈਕ ਮੈਨੂੰ ਵੀ ਕਈ ਸਟੂਡੈਂਟਸ ਦੇ ਮੈਸੇਜ ਆਉਂਦੇ ਆ ਕਿ ਹਾਂਜੀ ਭਾਅ ਜੀ ਕਿੱਦਾਂ ਕੰਮ ਕੰਮ ਮਿਲ ਜਾਂਦਾ ਇੱਦਾਂ ਉੱਦਾਂ, ਭਾਅ ਜੀ ਕੰਮ ਤਾਂ ਮਿਲ ਜਾਂਦਾ ਬਟ ਆਏ ਸਟਰਗਲ ਕਰਨ ਵਾਲਾ ਬੰਦਾ ਹੋਣਾ ਚਾਹੀਦਾ, ਕੰਮ ਕਰਨ ਵਾਲਾ ਬੰਦਾ ਹੋਣਾ ਚਾਹੀਦਾ। ਹੁਣ ਤੁਸੀਂ ਆਓਗੇ ਇੱਥੇ, ਤੁਸੀਂ ਆ ਕੇ ਕੰਮ 'ਤੇ ਹੈ ਨਾ, ਬਸ ਇੱਧਰ ਇੱਧਰ ਝਾਂਤੀਆਂ ਮਾਰੋਗੇ ਜਾਂ ਤੁਸੀਂ ਲਾਪਰਵਾਹੀ ਕਰੋਗੇ ਤਾਂ ਓਬਵੀਅਸ ਆ ਤੁਹਾਨੂੰ ਨਹੀਂ ਕੋਈ ਕੰਮ 'ਤੇ ਰੱਖੂਗਾ, ਤੁਹਾਡੇ ਵੱਲ ਦੇਖਦੇ ਆ, ਇਹ ਨਹੀਂ ਤੁਹਾਨੂੰ ਕਹਿਣਗੇ ਨਹੀਂ ਬਟ ਤੁਹਾਨੂੰ ਨੋਟਿਸ ਤਾਂ ਕਰਦੇ ਹੀ ਆ। ਬਾਕੀ ਜੋਬ ਈਜ਼ਲੀ ਮਿਲ ਜਾਂਦੀ ਹੈ ਇੰਡੀਅਨ ਰੈਸਟੋਰੈਂਟ, ਇੱਥੇ ਇੰਡੀਅਨ ਰੈਸਟੋਰੈਂਟਾਂ 'ਚ ਕੰਮ ਮਿਲ ਜਾਂਦਾ। ਅਸੀਂ ਪੁੱਛਦੇ ਹਾਂ ਵੀ ਲਾਈਫ ਕਿੱਦਾਂ ਦੀ ਹੈ ਇੱਥੇ, ਪੈਸਾ ਕਮਾਉਣਾ ਸੌਖਾ ਆ ਕਿ ਸੋਚਦੇ ਨੇ ਇੱਥੇ ਪਤਾ ਨਹੀਂ ਪੇੜ ਲੱਗੇ ਹੋਏ ਨੇ ਪੈਸਿਆਂ ਵਾਲੇ, ਅਤੇ ਤੁਹਾਡਾ ਕੀ ਸੋਚਣਾ? ਪਹਿਲੀ ਗੱਲ ਤਾਂ ਤੁਸੀਂ ਪੇੜ ਦੇਖ ਲਓ, ਇੱਥੇ ਕੋਈ ਪੈਸੇ ਲੱਗੇ ਆ? ਆਪਾਂ ਜਰਮਨ ਦੇ ਵਿੱਚ ਤੁਸੀਂ ਦੇਖੋ, ਜੇ ਇੱਥੇ ਯੂਰੋ ਲੱਗੇ ਹੁੰਦੇ ਤਾਂ ਸ਼ਾਇਦ ਮੈਂ ਇੱਥੋਂ ਤੋੜ ਕੇ ਜੇਬੇ 'ਚ ਪਾ ਲੈਂਦਾ, ਅਤੇ ਵਧੀਆ ਹੋ ਜਾਂਦਾ ਮੇਰੇ ਲਈ ਵੀ ਅਤੇ ਘਰ ਲੈਣ ਲਈ ਵੀ ਪਿੱਛੇ। ਹਾਂਜੀ ਹਾਂਜੀ, ਹੈ ਨਾ, ਅਤੇ ਸ਼ਾਇਦ ਮੈਂ ਕਰੋੜਪਤੀ ਹੋ ਜਾਂਦਾ ਜੇ ਪੇਡਾਂ ਨੂੰ ਪੈਸੇ ਲੱਗੇ ਹੁੰਦੇ। ਮੈਂ ਤਾਂ ਸੋਚਿਆ ਸੀ ਕਿ ਭਾਅ ਜੀ ਚਲੋ ਗੱਡੀਆਂ ਲਵਾਂਗੇ, ਲਾਈਕ ਤੁਹਾਡੇ ਲਾਗੇ ਮਰਸਡੀਜ਼ ਖੜੀ ਆ, ਹਾਂਜੀ, ਲਾਈਕ ਮਰਸਡੀਜ਼ ਲਵਾਂਗੇ, ਪਰ ਤੁਹਾਡੇ ਸਾਹਮਣੇ ਹਜੇ ਤਾਂ ਸਾਈਕਲ ਨਹੀਂ ਆ। ਅਤੇ ਬਾਕੀ ਭਾਅ ਜੀ, ਹਾਂ ਤੁਸੀਂ ਗੱਡੀ ਲੈ ਵੀ ਸਕਦੇ ਹੋ, ਪਰ ਤੁਸੀਂ ਕਰਜਾਊ ਹੋ ਕੇ ਗੱਡੀਆਂ ਲੈਣੀਆਂ, ਲਾਈਕ ਤੁਹਾਨੂੰ ਪਤਾ ਬਹੁਤ ਮਹਿੰਗੀਆਂ ਗੱਡੀਆਂ ਇਹਨਾਂ ਦੇ, ਲਾਈਕ ਹਰ ਮੰਥ ਲਾ ਕੇ ਸਾਨੂੰ ਕੱਢਣਾ ਪਊਗਾ, ਇਹਨਾਂ ਦਾ ਅਲੱਗ ਅਮਾਊਂਟ ਕੱਢਣਾ ਪਊਗਾ, ਕਿਉਂਕਿ ਕਿਸ਼ਤ ਕੱਢਣੀ ਪਊ, ਜਿਵੇਂ ਆਪਾਂ ਪੰਜਾਬ 'ਚ ਜਾਂ ਇੰਡੀਆ ਕਹਿੰਦੇ ਕਿਸ਼ਤ ਕੱਢਣੀ ਪੈਂਦੀ ਆ, ਕਿਸ਼ਤ ਕੱਢਣੀ ਪਊਗੀ, ਠੀਕ ਆ। ਆਪਾਂ ਆਈਫੋਨ ਲੈ ਲਈਏ ਜਾਂ ਕੁਛ ਵੀ, ਇੱਕ ਸੋਨੇ ਦੀ ਚੈਨਾ ਪਾ ਲਈਏ ਹੈ ਨਾ, ਬਹੁਤ ਇੱਦਾਂ ਕਰਕੇ, ਪਰ ਇੱਕ ਸ਼ੋਅ ਆਫ ਹੋ ਜਾਂਦਾ। ਅਤੇ ਬਾਕੀ ਹਾਂ, ਇੱਥੇ ਸਟਰਗਲ ਕਰਾਂਗੇ, ਪੈਸੇ ਕਮਾਵਾਂਗੇ, ਅਤੇ ਚੰਗੇ 4 ਪੈਸੇ ਹੋਣਗੇ ਇੰਡੀਆ ਜਾ ਕੇ ਹੈ ਨਾ, ਇੰਜੋਇਮੈਂਟ ਵੀ ਕਰਾਂਗੇ, ਠੀਕ ਆ। ਬਾਕੀ ਹਾਂ, ਇੰਡੀਆ ਜਾ ਕੇ ਲਾਈਕ ਚੈਨਾ ਪਾ ਲਵਾਂਗੇ, ਇਹ ਆ ਵੋ ਆ, ਬਟ ਲਾਈਕ ਚੈਨਾ ਕਿੰਨੀਆਂ ਕੁ ਪਾਵਾਂਗੇ? ਲਾਈਕ ਸਟਰਗਲ ਆ, ਜਿਹੜੇ ਬੰਦੇ ਸਟਰਗਲ ਕੀਤਾ ਹੁੰਦਾ ਉਹਨੂੰ ਪਤਾ ਕਿ ਪੈਸੇ ਕਿੱਥੇ ਖਰਚਣੇ ਆ, ਜਿਹਨੇ ਮਿਹਨਤ ਨਾਲ ਪੈਸੇ ਕਮਾਏ ਹੋਣ ਉਹਨੂੰ ਪਤਾ ਕਿ ਮੈਂ ਪੈਸੇ ਕਿੱਥੇ ਖਰਚੂੰਗਾ, ਹੈ ਨਾ। ਅਤੇ ਬਾਕੀ ਜਿਹਨਾਂ ਕੋਲ ਹੋਰ ਤੇਰਾ ਪੈਸੇ ਆ ਜਾਣਗੇ ਉਹ ਤਾਂ ਭਾਅ ਜੀ ਖਰਚਣਗੇ, ਓਬਵੀਅਸ ਆ। ਅਤੇ ਬਾਕੀ ਹਾਂ, ਕਾਲਜ ਲਾਈਫ ਆ, ਲਾਈਕ ਕਈ ਵਾਰੀ ਮੈਂ ਕਾਲਜ ਜਾਂਦਾ, ਕਾਲਜ ਤੋਂ ਲਾਈਕ ਕਾਲਜ ਮੋਰਨਿੰਗ ਪਹੁੰਚਣਾ, ਉਸ ਤੋਂ ਬਾਅਦ ਕਾਲਜ ਤੋਂ ਹੀ ਮੈਂ ਕੱਪੜੇ ਬੈਗ 'ਚ ਪਾਏ ਹੁੰਦੇ ਕੰਮ ਵਾਲੇ, ਕੰਮ 'ਤੇ ਜਾਣਾ, ਕੰਮ ਤੋਂ ਫਿਰ ਉੱਥੋਂ ਫਿਨਿਸ਼ ਕਰਕੇ ਦੂਜੇ ਕੰਮ 'ਤੇ ਜਾਣਾ ਰਾਤ। ਕਈ ਵਾਰੀ ਤਾਂ ਪਤਾ ਵੀ ਹੈ ਨਹੀਂ ਭਾਅ ਜੀ ਕਿ ਰੋਟੀ ਖਾਣੀ ਵੀ ਹੈਗੀ ਜਾਂ ਨਹੀਂ, ਹੈ ਨਾ। ਕਈ ਵਾਰੀ ਤਾਂ ਆਈ ਦਾ ਮੋਰਨਿੰਗ ਨਿਕਲੀ ਦਾ ਬ੍ਰੈਡ ਖਾਈ ਦਿਆ, ਰੋਟੀ ਖਾਧੇ ਨੂੰ ਵੀ ਕਿੰਨੇ ਕਿੰਨੇ ਦਿਨ ਹੋ ਜਾਂਦੇ, ਇੱਕ ਆਇਆ ਚੀਜ਼ ਸਟਰਗਲ ਭਾਅ ਜੀ। ਬਾਕੀ ਭਾਅ ਜੀ ਦੇਖੋ, ਲਾਈਕ ਹਾਂ ਠੀਕ ਆ, ਪੈਸੇ ਕਮਾਏ ਆ, ਠੀਕ ਹੈ, ਇੰਡੀਆ ਜਾ ਕੇ ਇੰਜੋਏ ਕਰਾਂਗੇ, ਲਵਾਂਗੇ ਗੱਡੀ, ਅਸੀਂ ਵੀ ਲਵਾਂਗੇ, ਲਾਈਕ ਅਸੀਂ ਵੀ ਚੈਨ ਪਾਵਾਂਗੇ ਸੋਨੇ ਦੀ, ਹੈ ਨਾ। ਬਟ ਲਾਈਕ ਆਪਾਂ ਦੱਸਾਂਗੇ ਲੋਕਾਂ ਨੂੰ ਕਿ ਆਪਾਂ ਕਿਸ ਹਿਸਾਬ ਨਾਲ ਮਿਹਨਤ ਕੀਤੀ ਉੱਥੇ, ਹੈ ਨਾ, ਲਾਈਕ ਕਿੱਦਾਂ ਸਾਡਾ ਸਟਰਗਲ ਆ, ਉਹ ਚੀਜ਼ ਦੇਖਾਂਗੇ ਆਪਾਂ। ਜਦੋਂ ਉਹ ਸਟਰਗਲ ਦੱਸਾਂਗੇ ਲੋਕਾਂ ਨੂੰ, ਆਈ ਥਿੰਕ ਲੋਕ ਸਹੀ ਪਾਸੇ ਨੂੰ ਮੋਟੀਵੇਟ ਹੋਣਗੇ। ਅਤੇ ਲਾਈਕ ਮੈਂ ਗਲਤ ਗਾਈਡ ਨਹੀਂ ਕਰੂੰਗਾ ਕਿਸੇ ਨੂੰ ਉੱਥੇ ਜਾ ਕੇ ਕਿ ਹਾਂ ਉੱਥੇ ਇੱਦਾਂ ਹੁੰਦਾ, ਉੱਥੇ ਇੱਦਾਂ ਹੁੰਦਾ, ਉੱਥੇ ਜੋ ਰਿਐਲਿਟੀ ਆ ਦੱਸੂੰਗਾ ਕਿ ਹਾਂ ਇੰਨਾ ਸਟਰਗਲ ਕਰਨਾ ਪੈਂਦਾ, ਉੱਥੇ ਬੂਟਿਆਂ ਨੂੰ ਕੋਈ ਪੇਡਾਂ ਨੂੰ ਪੈਸੇ ਨਹੀਂ ਲੱਗੇ ਹੁੰਦੇ, ਅਤੇ ਸਹੀ ਆ। ਬਾਕੀ ਕੰਮ ਕਰਾਂਗੇ, ਪੈਸੇ ਮਿਲਣਗੇ,
ਅਤੇ ਤੁਸੀਂ ਆਪਣੀ ਫੀਸ ਵੀ ਭਰੋਂਗੇ, ਖਾਓਗੇ ਵੀ, ਠੀਕ ਆ। ਰੋਟੀ ਖਾਧੇ ਨੂੰ ਮੈਂ ਤੁਹਾਨੂੰ ਕਿਹਾ, ਰੋਟੀ ਖਾਧੇ ਨੂੰ ਬਹੁਤ ਬਹੁਤ ਦਿਨ ਹੋ ਜਾਂਦੇ ਆ, ਸਹੀ ਆ। ਰੋਟੀ ਇਹ ਆ ਕਿ ਬਹੁਤ ਬਹੁਤ ਦਿਨ ਹੋ ਜਾਂਦੇ ਆ ਲਾਈਕ ਸਹੀ ਤਰੀਕੇ ਰੋਟੀ ਖਾਧੇ ਨੂੰ, ਹੈ ਨਾ। ਅਤੇ ਲਾਈਕ ਫਿਰ ਕਹਿਣ ਦਾ ਮਤਲਬ ਵੀ ਬਰੈਡਾਂ ਖਾਣੀਆਂ ਪੈਂਦੀਆਂ, ਕਿਉਂ ਬਰੈਡਾਂ ਖਾਣੀ ਪੈਂਦੀ, ਹੈ ਨਾ। ਲਾਈਕ ਸਹੀ ਤਰੀਕੇ ਨਾਲ ਰੋਟੀ ਖਾਂਦੇ ਹਾਂ ਆਪਾਂ, ਪਰ ਲਾਈਕ ਭੱਜ ਭੱਜ ਕੇ ਜਿੱਥੇ ਆਪਾਂ 3 ਫੁਲਕੇ ਖਾਣੇ ਆ, 4 ਰੋਟੀਆਂ ਖਾਵਾਂਗੇ, ਉੱਥੇ ਆਪਾਂ 2 ਖਾ ਕੇ ਮਿੰਟੋ ਮਿੰਟ ਕੰਮ ਦਾ ਹੁੰਦਾ ਕਿ ਕੰਮ ਤੋਂ ਲੇਟ ਨਾ ਹੋ ਜਾਈਏ, ਲਾਈਕ ਇੱਦਾਂ ਹੁੰਦਾ, ਹੈ ਨਾ। ਇਹਨੂੰ ਚੀਜ਼ ਇੱਕ ਸਟਰਗਲ ਟਾਈਮ ਇਹ ਚੀਜ਼ ਆ। ਅਤੇ ਮੈਂ ਇੱਦਾਂ ਦੇ ਕਈ ਹੋਰ ਮੁੰਡਿਆਂ ਨੂੰ ਵੀ ਜਾਣਦਾ ਜਿਹੜੇ ਐਜ ਏ ਸਟੂਡੈਂਟ ਇੱਥੇ ਆਏ ਹੋਏ ਨੇ ਜਰਮਨੀ ਦੇ ਵਿੱਚ, ਅਤੇ ਉਹ ਇੰਡੀਅਨ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਨੇ। ਉੱਥੇ ਕੰਮ ਕਰਨ ਦਾ ਇੱਕ ਨੁਕਸਾਨ ਇਹੀ ਆ ਵੀ ਤੁਹਾਡਾ ਜਿਹੜਾ ਕੰਟਰੈਕਟ ਹੈਗਾ ਆ, ਪਾਰਟ ਟਾਈਮ ਕੰਟਰੈਕਟ ਬਣਾ ਦਿੰਦੇ ਨੇ ਲਾਈਕ 20 ਘੰਟੇ ਦਾ, ਜਾਂ ਫਿਰ ਉਹ ਤੋਂ ਘੱਟ ਵੀ ਮਿੰਨੀ ਜੋਬ ਦਾ ਬਣਾਉਂਦੇ। ਮਿੰਨੀ ਜੋਬ ਮਤਲਬ 20 ਘੰਟੇ ਤੋਂ ਘੱਟ, ਮੇ ਵੀ 10 ਘੰਟੇ ਦਾ ਕੰਟਰੈਕਟ, 15 ਘੰਟੇ ਦਾ ਕੰਟਰੈਕਟ ਬਣ ਜਾਂਦਾ। ਅਤੇ ਪਰ ਉਹ ਕੰਮ ਤੁਹਾਡੇ ਤੋਂ ਪੂਰਾ ਲੈਂਦੇ ਨੇ, ਅਰਾਊਂਡ ਕਈ ਮੁੰਡੇ ਇੱਦਾਂ ਦੇ ਵੀ 15-16 ਘੰਟੇ 17 ਘੰਟੇ ਵੀ ਕੰਮ ਕਰਦੇ ਨੇ, ਪਰ ਉਹਨਾਂ ਦਾ ਕੰਟਰੈਕਟ ਜਿਹੜਾ ਆ ਮਿੰਨੀ ਜੋਬ ਦਾ ਆ ਜਾਂ ਪਾਰਟ ਟਾਈਮ ਜੋਬ ਦਾ ਆ, ਉਹ 5 ਯੂਰੋ ਦੇ ਹਿਸਾਬ ਨਾਲ, 4 ਯੂਰੋ ਹਿਸਾਬ ਨਾਲ, ਕੋਈ ਮਤਲਬ ਹਿਸਾਬ ਵੀ ਨਹੀਂ ਹੈ ਨਹੀਂ ਵੀ ਕਿੰਨਾ ਕੁ ਹਿਸਾਬ ਆ, ਕੋਈ ਹਿਸਾਬ ਕਿਤਾਬ ਨਹੀਂ ਹੈ। ਸਿਰਫ ਤੁਹਾਨੂੰ ਫਿਕਸ ਹੱਥ ਤੁਹਾਨੂੰ ਹੱਥ 'ਚ ਪੈਸੇ ਫੜਾਉਂਦੇ ਨੇ ਵੀ ਆ ਲਓ ਵੀ ਤੁਹਾਡੇ 1200-1400 ਯੂਰੋ। ਪਰ ਜੇ ਤੁਸੀਂ 1 ਸਾਲ ਪੂਰਾ ਉੱਥੇ ਕੰਮ ਕਰ ਲਓ ਨਾ, ਮੇਰੇ ਹਿਸਾਬ ਨਾਲ ਇੰਡੀਅਨ ਰੈਸਟੋਰੈਂਟ ਦੇ 8 ਘੰਟੇ ਤੋਂ ਬਾਅਦ ਤੁਹਾਡੀ ਪਿੱਠ ਦਾ ਬੁਰਾ ਹਾਲ ਹੋ ਜਾਂਦਾ, ਬਹੁਤ ਮੱਤ ਵੱਜਦੀ ਉੱਥੇ। ਪਰ ਕਈਆਂ ਨੂੰ ਹੁਣ ਮਜਬੂਰੀ 'ਚ ਕਰਨਾ ਪੈਂਦਾ, ਤੁਹਾਨੂੰ ਪਤਾ ਹੀ ਆ ਵੀ ਕਈ ਹੁਣ ਇੰਜੀਨੀਅਰ ਨਹੀਂ ਹੈਗੇ ਪਿੱਛੇ, ਕੋਈ ਇੰਨੇ ਪ੍ਰੋਪਰਟੀ ਵਾਲੇ ਨਹੀਂ ਹੈਗੇ ਲੋਨ ਲੈ ਕੇ ਆਉਂਦੇ, ਉਹਨਾਂ ਨੂੰ ਮਜਬੂਰੀ ਵਿੱਚ ਕਰਨਾ ਪੈਂਦਾ ਆ। ਪਰ ਮੈਨੂੰ ਪਤਾ ਵੀ ਅੱਜ ਤੋਂ 2 ਮਹੀਨੇ ਪਹਿਲਾਂ 2 ਸਟੂਡੈਂਟ ਆਏ ਸੀਗੇ ਪੰਜਾਬ ਤੋਂ, ਅਤੇ ਪਹਿਲੀ ਵਾਰੀ ਆਉਂਦਾ ਬੰਦੇ ਨੂੰ ਕੁਛ ਨਹੀਂ ਪਤਾ ਹੁੰਦਾ ਉਹਦੇ ਬਾਰੇ, ਹਾਂ ਵੀ ਬਾਹਰ ਲਾਈਫ ਕਿੱਦਾਂ ਦੀ ਹੈਗੀ ਆ। ਉਹ ਇੱਥੇ ਆਏ ਉਹਨਾਂ ਦਿਲ ਦੁਨੀ ਲੱਗਿਆ ਹੈਗਾ, ਅਰਾਊਂਡ ਉਹਨਾਂ ਨੇ 15-16 ਲੱਖ ਰੁਪਇਆ ਲਾਇਆ ਸੀਗਾ ਇੱਕ ਜਣੇ ਨੇ, ਅਤੇ ਇੱਥੇ ਆ ਕੇ ਦਿਲ ਨਹੀਂ ਲੱਗਿਆ, ਅਤੇ ਉਹਨਾਂ ਵਿੱਚ ਇੱਕ ਮੁੰਡਾ ਵਾਪਸ ਚਲ ਗਿਆ। ਉਹ ਕਹਿੰਦਾ ਮੇਰਾ ਦਿਲ ਨਹੀਂ ਲੱਗਦਾ, ਅਤੇ ਉਹਨੂੰ ਥੋੜ੍ਹਾ ਕਮਿਊਨੀਕੇਟ ਕਰਨ ਵਿੱਚ ਥੋੜ੍ਹੀ ਪ੍ਰੋਬਲਮ ਹੁੰਦੀ ਸੀਗੀ, ਹਾਂ ਵੀ ਇੱਥੇ ਇੰਗਲਿਸ਼ ਨਹੀਂ ਬੋਲਦੇ ਇੰਨੇ ਲੋਕ, ਅਤੇ ਉਹ ਕਿੱਦਾਂ ਗੱਲ ਕਰੇ। ਅਤੇ ਇਕੱਲਾ ਫੀਲ ਕਰਦਾ ਸੀ, ਰੋਂਦਾ ਸੀ ਹਰ ਰੋਜ਼, ਅਤੇ ਘਰਦਿਆਂ ਨੂੰ ਫੋਨ ਕਰਦਾ ਰਹਿੰਦਾ ਵੀ ਮੇਰਾ ਦਿਲ ਨਹੀਂ ਲੱਗਦਾ ਵਾਪਸ ਆਉਣਾ। ਹੁਣ ਘਰਦੇ ਵੀ ਹੁਣ ਅੱਕ ਕੀ ਗਏ, ਇੰਨਾ ਪੈਸਾ ਲਾਇਆ ਹੈ ਨਾ ਵੀ, ਅਤੇ ਹੁਣ ਬੱਚਾ ਵੀ ਨਾ ਖੁਸ਼ ਹੋਵੇ, ਅਤੇ ਉਹਨਾਂ ਨੇ ਫਿਰ ਕਿਹਾ ਮੁੜ ਕੇ ਭਾਈ ਤੂੰ ਵਾਪਸ ਆ ਜਾ, ਇੱਦਾਂ ਉਹਨਾਂ ਦਾ ਪੈਸੇ ਬਹੁਤ ਖਰਾਬ ਹੋ ਗਿਆ। ਇਹਨਾਂ ਨਾਲ ਵਧੀਆ ਵੀ ਤੁਸੀਂ ਪਹਿਲਾਂ ਸੋਚ ਕੇ ਆਓ, ਸੋਚ ਸਮਝ ਕੇ ਨਾ ਪਲੈਨ ਬਣਾ ਕੇ ਆਓ ਬਾਹਰ ਜਾਣਾ, ਹਾਂ ਵੀ ਮੈਂ ਆਹ ਕੰਮ ਲਈ ਚੱਲਿਆ ਆ, ਇੰਨਾ ਪੈਸਾ ਮੇਰਾ ਲੱਗਿਆ, ਇਹਨੂੰ ਮੈਂ ਪੈਸੇ ਨੂੰ ਪੂਰੀ ਜਿਹੜੇ ਇਨਵੈਸਟ ਕੀਤਾ ਇਹਨੂੰ ਮੈਂ ਕਮਾ ਕੇ ਵਾਪਸ ਲੈ ਕੇ ਆਉਣਾ ਆ। ਅੱਜ ਦੀ ਵੀਡੀਓ ਦਾ ਬਣਾਉਣ ਦਾ ਕਾਰਨ ਇਹ ਸੀਗਾ ਵੀ ਮੈਂ ਤੁਹਾਨੂੰ ਸਿਰਫ ਦੱਸਣਾ ਚਾਹੁੰਦਾ ਸੀਗਾ ਵੀ ਹਾਂ ਵੀ ਇੱਥੇ ਲਾਈਫ ਕਿੱਦਾਂ ਦੀ ਆ, ਕਿੰਨਾ ਕੁਛ ਇੱਥੇ ਸਟਰਗਲ ਕਰਨਾ ਪੈਂਦਾ ਆ। ਪਰ ਤੁਹਾਨੂੰ ਮੈਂ ਵੀ ਦੱਸਣਾ ਚਾਹੁੰਦਾ, ਜਿਹੜੀ ਚੈਨ ਆ ਇਹ ਕੋਈ ਓਰੀਜਨਲ ਨਹੀਂ ਹੈਗੀ, ਡੁਪਲੀਕੇਟ। ਮੈਨੂੰ ਤਾਂ ਵੈਸੇ ਸ਼ੌਂਕ ਵੀ ਹੈ ਨਹੀਂ ਪਾਉਣ ਦਾ ਚੈਨਾ ਚੂਨਾ ਦਾ, ਅਤੇ ਸਿਰਫ ਤੁਹਾਨੂੰ ਮੈਂ ਸਮਝਾਉਣਾ ਚਾਹੁੰਦਾ ਸੀਗਾ ਵੀ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਅਟਰੈਕਟ ਹੁੰਦੇ ਹਾਂ ਦੂਜਿਆਂ ਵੱਲੋਂ, ਹੈ ਨਾ। ਜਦੋਂ ਕੋਈ ਬਾਹਰੋਂ ਆਉਂਦਾ ਆ, ਕੋਈ ਵੀ ਕਿਸੇ ਕੰਟਰੀ ਤੋਂ ਵਾਪਸ ਇੰਡੀਆ ਆਉਂਦਾ ਆ ਘੁੰਮਣ ਫਿਰਨ ਵਾਸਤੇ, ਉਹ ਚੈਨਾ ਪਾ ਕੇ ਘੁੰਮਦੇ ਨੇ, ਜਾਂ ਫਿਰ ਆਪਣਾ ਵੱਡੀ ਵੱਡੀ ਗੱਡੀਆਂ 'ਚ ਘੁੰਮਦੇ ਨੇ, ਅਸੀਂ ਦੇਖ ਕੇ ਉਹਨਾਂ ਨੂੰ ਅਟਰੈਕਟ ਹੁੰਦੇ ਹਾਂ ਬਈ ਇਹਨੇ ਕੋਈ ਇੰਨਾ ਪੈਸਾ ਆ ਕਿਉਂ ਨਾ। ਤੁਹਾਨੂੰ ਪਤਾ ਹੀ ਆ ਆਪਣੇ ਪੰਜਾਬੀਆਂ ਨੂੰ ਆਦਤ ਆ ਥੋੜ੍ਹੀ ਜਿਹੀ ਇੱਕ ਦੂਜੇ ਦੇ ਰੀਜ਼ ਕਰਨ ਦੀ, ਅਤੇ ਅਸੀਂ ਵੀ ਸੋਚਦੇ ਹਾਂ ਕਿਉਂ ਨਾ ਅਸੀਂ ਬਾਹਰ ਜਾ ਕੇ ਇੰਨਾ ਪੈਸਾ ਕਮਾਇਆ ਜਾਵੇ, ਅਸੀਂ ਵੀ ਚੈਨਾ ਪਾਈਏ। ਜ਼ਰੂਰ ਕਰੋ, ਮੈਂ ਕਹਿੰਦਾ ਇਹ ਤੁਹਾਨੂੰ ਇਹ ਨਹੀਂ ਕਹਿੰਦਾ, ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰਦਾ ਵੀ ਬਾਹਰ ਨਾ ਆਓ, ਜ਼ਰੂਰ ਆਓ ਅਤੇ ਸਿੱਖੋ ਕੁਛ ਆ ਕੇ ਬਾਹਰ, ਹੈ ਨਾ। ਪਰ ਉਹਨੂੰ ਸਹੀ ਤਰੀਕੇ ਨਾਲ ਉਹਨੂੰ ਪਹਿਲਾਂ ਸਾਰਾ ਆਪਣਾ ਨੌਲੇਜ ਲੈ ਲਓ, ਹਾਂ ਵੀ ਉੱਥੇ ਕੀ ਹੈਗਾ, ਕਿੱਦਾਂ ਕੀ ਕਰਨਾ ਹੈਗਾ, ਕਿੱਦਾਂ ਕਿੱਦਾਂ ਪੈਸਾ ਆਉਂਦਾ, ਹੈ ਨਾ। ਅਤੇ ਇਹ ਵੀਡੀਓ ਦਾ ਬਣਾਉਣ ਦਾ ਮੇਰਾ ਇਹੀ ਕਾਰਨ ਸੀਗਾ, ਅਤੇ ਤੁਹਾਨੂੰ ਮੈਂ ਕੁਝ ਦੱਸ ਸਕਾਂ ਜੋ ਮੇਰੇ ਕੋਲ ਐਕਸਪੀਰੀਅੰਸ ਹੈਗਾ ਆ। ਉਮੀਦ ਕਰਦਾ ਤੁਹਾਨੂੰ ਇਹ ਜਿਹੜੀ ਵੀਡੀਓ ਆ ਇਹਦਾ ਮੋਟਿਵ ਤੁਹਾਨੂੰ ਸਮਝ ਆ ਗਿਆ ਹੋਣਾ ਆ। ਅਤੇ ਜੇ ਤੁਹਾਨੂੰ ਇਹ ਵੀਡੀਓ ਮੇਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਅਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਗੁੱਡ ਬਾਏ।